पंजाबी रेडियो USA सुन रहे सारे श्रोतियां नू मेरे वालों गुरसिमरन सिंह वालों आप सब नू बहुत प्यार भरी सत्कार भरी सत श्री अकाल जी। श्रोतियो अज दे प्रोग्राम खबर ते नज़र दे विच आप सब दा निघा स्वागत करदे आं। अज दे इस प्रोग्राम नू विशेष तौर ते स्पोंसर करदे ने खालसा इंश्योरेंस एजेंसी सैन होजे तो, गुरदीप सिंह वैद्दी क्लोविस तो, प्रीतम सिंह तलविंदर सिंह गिल बेकरसफील्ड तो, सतनाम सिंह शेरगिल ते परिवार सैलमा तो, जाफी सिंह जी बेकरसफील्ड, सुखा सिंह जी वसीलिया, पंजाबी अमेरिकन सीनियर सिटीजन सेंटर बेकरसफील्ड अते नवजोत कौर कलोटी ते उन्हां दा परिवार यूनिवर्सिटी तों। इन्हां सब दा बहुत बहुत धन्नवाद करना चाहुंदे आं जिन्हां ने अपने सहयोग दे नाल इस प्रोग्राम नूं अगे वधाया, इस प्रोग्राम नूं मुमकिन कीता। ते जे कोई भी स्रोते या बिजनेस इस प्रोग्राम नूं स्पोंसर करना चाहुंदे ने तां जरूर कॉल करिओ जी 408-722-7698 4072276 दे उत्ते। ते अज दे प्रोग्राम दे विच जी आपां जुड़दे आं बलतेज पन्नू होरां दे नाल ਜਿਹੜੇ ਕਿ ਆਪਾਂ ਨੂੰ ਪੰਜਾਬ ਇੰਡੀਆ ਦੀਆਂ ਸੁਰੱਖਿਆ ਦੇ ਬਾਰੇ ਜਾਣਕਾਰੀ ਦਿੰਦੇ ਨੇ ਵੀ ਕੀ ਕੁਛ ਅੱਜ ਕੱਲ੍ਹ ਤਾਜ਼ੀ ਖਬਰ ਚੱਲ ਰਹੀ ਆ। ਅਤੇ ਹੁਣ ਆਪਾਂ ਜੀ ਕਰਦੇ ਹਾਂ ਸਵਾਗਤ ਪੰਨੂ ਜੀ ਦਾ, ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ, ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਜੀ, ਅੱਜ ਦੀ ਜਿਹੜੀ ਪਹਿਲੀ ਖਬਰ ਹੈਗੀ ਆ ਕਿ ਮੰਗਲ ਨੂੰ 33 ਕਰੋੜ ਦਾ ਸੰਗਲ ਪਿਆ। ਇਹ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ ਵਿਵਾਦਿਤ ਅਫਸਰ ਜਿਹੜਾ ਮੰਗਲ ਸਿੰਘ ਸੰਧੂ ਆ ਉਹਨੂੰ ਚਪੇਰਿਓਂ ਘੇਰਨ ਦੀ ਜਿਹੜੀ ਆ ਉਹ ਤਿਆਰੀ ਕੀਤੀ ਆ। PCS ਅਫਸਰ ਦਲਜੀਤ ਸਿੰਘ ਦੇ ਵੱਲੋਂ 33 ਕਰੋੜ ਰੁਪਏ ਦੀਆਂ ਕੀਟਨਾਸ਼ਕ ਦਵਾਈਆਂ ਦੇ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਵੀ ਪੰਜਾਬ ਪੁਲਿਸ ਦੇ ਹਵਾਲੇ ਜਿਹੜੀ ਆ ਉਹ ਕਰ ਦਿੱਤੀ ਗਈ ਆ। ਔਰ ਇਸੇ ਰਿਪੋਰਟ ਦੇ ਆਧਾਰ ਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲ ਨੂੰ ਮੁਅੱਤਲ ਜਿਹੜਾ ਉਹ ਕਰ ਦਿੱਤਾ। ਖੇਤੀਬਾੜੀ ਵਿਭਾਗ ਦੇ ਦੋ ਹੋਰ ਅਫਸਰਾਂ ਪਰਮਿੰਦਰ ਸਿੰਘ ਤੇ ਬਲਵਿੰਦਰ ਸਿੰਘ ਸੋਹਲ ਨੂੰ ਦੋਸ਼ ਪੱਤਰ ਜਾਰੀ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪੁਲਿਸ ਨੂੰ ਕੀਟਨਾਸ਼ਕ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੇ ਦਰਮਿਆਨ ਵਿੱਤੀ ਲੈਣ ਦੇਣ ਦੇ ਪੁਖਤਾ ਸਬੂਤ ਜਿਹੜੇ ਉਹ ਮਿਲੇ ਨੇ, ਜਿਹਦੀ ਜਾਣਕਾਰੀ ਮੁੱਖ ਮੰਤਰੀ ਨੂੰ ਜਿਹੜੀ ਆ ਜੀ ਉਹ ਦੇ ਦਿੱਤੀ ਗਈ ਆ। ਇਹ ਡਰਾਮੇਬਾਜ਼ੀ ਆ ਜੀ, ਅਸਲ ਦੇ ਵਿੱਚ ਸਾਰਾ ਕੁਛ ਪਤਾ ਹੀ ਸੀਗਾ ਪਹਿਲਾਂ ਵੀ ਮੁੱਖ ਮੰਤਰੀ ਨੂੰ ਕਿਹੜਾ, ਉਹ ਤੋਂ ਕੋਈ ਲੁਕੀ ਛੁਪੀ ਗੱਲ ਸੀ। 3 ਦਿਨ ਦਾ ਪੁਲਿਸ ਰਿਮਾਂਡ ਮੰਗਲ ਦਾ ਮਿਲ ਗਿਆ। 6 ਘੰਟੇ ਰੋਜ਼ਾਨਾ ਜਿਹੜੀ ਆ ਜੀ ਪੁਲਿਸ ਮੰਗਲ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕਰੂਗੀ। ਦੱਸ ਦਈਏ ਕਿ ਮੰਗਲ ਸਿੰਘ ਜਿਹੜਾ ਇਹ ਦਿਆਲ ਸਿੰਘ ਕੋਲਿਆਂਵਾਲੀ ਦਾ ਨੇੜਲਾ ਹੈ। ਦਿਆਲ ਸਿੰਘ ਕੋਲਿਆਂਵਾਲੀ ਜਿਹੜਾ ਜੀ ਉਹ ਮੁੱਖ ਮੰਤਰੀ ਦਾ ਬਹੁਤਾ ਕੰਮ ਕਾਜ ਜਿਹੜਾ ਜੀ ਲੰਬੀ ਹਲਕੇ ਦਾ ਸੰਭਾਲਦਾ। ਕਿਸੇ ਜਗ੍ਹਾ ਬੂਥ ਦੀ ਕੋਈ ਐਡਜਸਟਮੈਂਟ ਕਰਨੀ ਪੈ ਜੇ, ਲੋਕ ਸਭਾ ਚੋਣਾਂ ਦੀ, ਵਿਧਾਨ ਸਭਾ ਚੋਣਾਂ ਦੀ ਜਾਂ ਫਿਰ ਜ਼ਿਮਨੀ ਚੋਣਾਂ ਦੀ, ਜਿੱਥੇ ਕਿਤੇ ਲੱਗਦਾ ਕਿ ਕੰਮ ਅੜ ਗਿਆ ਫਿਰ ਕੋਲਿਆਂਵਾਲੀ ਵਾਲੇ ਜਥੇਦਾਰ ਨੂੰ ਜਿਹੜਾ ਜੀ ਉਹ ਯਾਦ ਕੀਤਾ ਜਾਂਦਾ ਤੇ ਉਹ ਆ ਕੇ ਅੱਖ ਦੇ ਫੋਰ ਦੇ ਵਿੱਚ ਉਹਦੀ ਜਿਹੜੀ ਬ੍ਰਿਗੇਡ ਹੈ ਉਹਦੇ ਰਾਹੀਂ ਕਿਸੇ ਵੀ ਬੂਥ ਦੇ ਉੱਤੇ ਕਬਜ਼ਾ ਵੀ ਕਰ ਲੈਂਦਾ, ਹੋਇਆ ਹੋਇਆ ਕਬਜ਼ਾ ਜਿਹੜਾ ਉਹ ਵੀ ਤੁੜਵਾ ਦਿੰਦਾ ਤੇ ਜੋ ਕੁਛ ਵੀ ਕਰਨਾ ਪਵੇ ਉਹ ਕਰ ਦਿੰਦਾ। ਕਿਹਾ ਇਹ ਜਾਂਦਾ ਕਿ ਮੰਗਲ ਦੀਆਂ ਤਾਰਾਂ ਸਿੱਧੀਆਂ ਉੱਥੇ ਕੋਲਿਆਂਵਾਲੀ ਦੇ ਨਾਲ ਜੁੜੀਆਂ ਹੋਈਆਂ ਨੇ। ਹੁਣ ਕੋਲਿਆਂਵਾਲੀ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸ ਸਕਣਾ ਬੜਾ ਔਖਾ ਹੈ। ਜਦੋਂ ਉਹਦੇ ਬੰਦੇ ਦੇ ਉੱਤੇ ਸ਼ਿਕੰਜਾ ਜਿਹੜਾ ਕੱਸਿਆ ਗਿਆ ਉਹ ਕਿਹੋ ਜਿਹਾ ਅੱਗੋਂ ਰਿਐਕਟ ਕਰੂਗਾ, ਇਹ ਵੀ ਵੇਖਣ ਵਾਲੀ ਜਿਹੜੀ ਹੈ ਜੀ ਉਹ ਆਉਣ ਵਾਲੇ ਦਿਨਾਂ ਦੀ ਗੱਲ ਰਹੂਗੀ। ਇਹ ਮਰਦੀ ਨੇ ਅੱਕ ਚੱਬਿਆ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਮੰਗਲ ਨੂੰ ਗ੍ਰਿਫਤਾਰ ਕਰਨਾ ਹੀ ਪੈ ਗਿਆ। ਉਹਦਾ ਕਾਰਨ ਇਹ ਹੈ ਕਿ ਸਰਕਾਰ ਜਿਹੜੀ ਹੈ ਜੀ ਬਹੁਤ ਤੇਜ਼ੀ ਦੇ ਨਾਲ ਟੁੱਟ ਗਈ ਕਿਸਾਨਾਂ ਦੇ ਇੱਕ ਬਹੁਤ ਵੱਡੇ ਵੋਟ ਬੈਂਕ ਤੋਂ। ਜੀ ਬਲਤੇਜ ਜੀ, ਤੇ ਜਿਹੜੀ ਦੂਜੀ ਖਬਰ ਸੀਗੀ ਜੀ ਕਿ ਸੁਖਬੀਰ ਬਾਦਲ ਨੇ ਤੋਤਾ ਸਿੰਘ ਨੂੰ ਦਿੱਲੀ ਤਲਬ ਕੀਤਾ। ਐਕਚੁਅਲੀ ਜੀ ਜਿਹੜੇ ਨਾ ਤੋਤਾ ਸਿੰਘ ਦੇ ਦਕਸ਼ਤ ਜਿਹੜੇ ਉਹ ਸਾਰੀਆਂ ਫਾਈਲਾਂ ਤੇ ਨਿਕਲੇ ਆਉਂਦੇ ਨੇ, ਉਹਨੇ ਇਹ ਕਿਹਾ ਹੋਇਆ ਜੀ ਕਿ ਜਿਹੜੀ ਖਰੀਦ ਆ ਉਹ ਕਰੋ ਤੁਸੀਂ, ਭਾਵ ਕਿ ਉਹਨੇ ਕਿਸੇ ਵੀ ਜਗ੍ਹਾ ਦੇ ਉੱਤੇ ਇਹ ਖਰੀਦ ਕਰਨ ਤੋਂ ਰੋਕਿਆ ਨਹੀਂ ਹੈ। ਜਦੋਂ ਇਹ ਜਿੰਨੀ ਹੈ ਜੀ ਜਿਹੜੀ ਛਾਣਬੀਣ ਹੋਈ ਆ ਉਹਦੇ ਵਿੱਚ ਮੰਗਲ ਨੇ ਵੀ ਉਹਦਾ ਨਾਂ ਜਿਹੜਾ ਜੀ ਸਿੱਧਮ ਸਿੱਧਾ ਲਿਆ, ਉਹਨੇ ਮੁਕਤਸਰ ਦੇ ਇੱਕ ਜਥੇਦਾਰ ਦਾ ਨਾਮ ਵੀ ਜਿਹੜਾ ਜੀ ਉਹ ਲਿਆ ਦੱਸਿਆ ਜਾਂਦਾ। ਹੁਣ ਤੋਤਾ ਸਿੰਘ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾ ਰਿਹਾ, ਔਰ ਇਹ ਕਿਹਾ ਜਾ ਸਕਦਾ ਜੀ ਕਿ ਤੋਤਾ ਸਿੰਘ ਜਿਹੜਾ ਜੀ ਉਹ ਮੁਸ਼ਕਲ ਦੇ ਵਿੱਚ ਫਸ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਲੀ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਸੱਦਿਆ, ਕਿਉਂਕਿ ਦਿੱਲੀ ਤੋਂ ਹੀ ਬਹੁਤਾ ਇਸ ਵੇਲੇ ਦੇਖ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹ ਦਿੱਲੀ ਆਪਣੇ ਕਾਗਜ਼ ਪੱਤਰ ਜਿਹੜੇ ਉਹ ਲੈ ਕੇ ਚਲੇ ਗਏ ਨੇ। ਇਹ ਵੀ ਪਤਾ ਲੱਗਿਆ ਜੀ ਕਿ ਜਿਹੜਾ ਸਕੋਰਪੀਓ ਗੱਡੀ ਦੇ ਵਿੱਚੋਂ 60 ਲੱਖ ਰੁਪਈਆ ਕੁਛ ਸਮਾਂ ਪਹਿਲਾਂ ਬਾਜੇਖਾਨੇ ਦੇ ਨੇੜੇ ਪੁਲਿਸ ਨੇ ਜਿਹੜਾ ਉਹ ਫੜਿਆ ਸੀਗਾ, ਜਿਹਦੇ ਬਾਰੇ ਕਿਹਾ ਗਿਆ ਸੀਗਾ ਇਹ ਤਾਂ ਮੰਤਰੀ ਨੂੰ ਦੇਣ ਜਾ ਰਹੇ ਆ, ਉਹਦੀ ਵੀ ਵੱਖਰੀ ਛਾਣ ਪੀਣ ਜਿਹੜੀ ਆ ਜੀ ਉਤਰ ਪਈ ਆ। ਇਹ ਵੀ ਇਸੇ ਮੰਤਰੀ ਦੇ ਨਾਲ ਜਿਹੜਾ ਜੀ ਜਾ ਕੇ ਜੁੜਦਾ। ਆਪਣੇ ਕੁਛ ਜਿਹੜਾ ਤੁਸੀਂ ਕਹਿ ਲਓ ਕਿ ਕੁਛ ਕਰੋੜ ਰੁਪਈਆ ਕਮਾਉਣ ਦੀ ਖਾਤਰ ਇਹਨਾਂ ਨੇ ਕਿਸਾਨਾਂ ਦਾ ਤਕਰੀਬਨ 3,000 ਕਰੋੜ ਰੁਪਈਏ ਦੀ ਜਿਹੜੀ ਫਸਲ ਹੈ ਉਹਦਾ ਸੱਤਿਆਨਾਸ਼ ਕਰ ਦਿੱਤਾ, ਔਰ ਸਿਰਫ ਔਰ ਸਿਰਫ ਇਹਨਾਂ ਨੇ ਆਪਣੀਆਂ ਜੇਬਾਂ ਦਾ ਜਿਹੜਾ ਜੀ ਉਹ ਸੋਚਿਆ।
ਹੁਣ ਇਹਨਾਂ ਦੇ ਵੱਲੋਂ ਕੁਛ ਵੀ ਸਫਾਈ ਜਿਹੜੀ ਉਹ ਦਿੱਤੀ ਜਾਂਦੀ ਹੋਵੇ, ਪਰ ਅਸਲ ਦੇ ਵਿੱਚ ਇਹਦੀ ਸ਼ਮੂਲੀਅਤ ਜਿਹੜੀ ਆ ਜੀ ਉਹ ਤੋਤੇ ਦੀ ਸ਼ਰੇਆਮ ਜਿਹੜੀ ਆ ਇਹਦੇ ਵਿੱਚ ਨਜ਼ਰ ਜਿਹੜੀ ਆ ਉਹ ਆ ਰਹੀ ਆ। ਦੇਖਦੇ ਹਾਂ ਕਿ ਜਿਹੜਾ ਅਕਾਲੀ ਦਲ ਆਪਣੀ ਸ਼ਾਖ ਬਚਾਉਣ ਦੇ ਵਾਸਤੇ ਤੋਤਾ ਸਿੰਘ ਦੀ ਬਲੀ ਜਿਹੜੀ ਆ ਜੀ ਉਹ ਦਿੰਦਾ, ਜਾਂ ਉਹਨੂੰ ਕਿਸੇ ਤਰੀਕੇ ਦੇ ਨਾਲ ਸੇਵ ਜਿਹੜਾ ਜੀ ਉਹ ਕਰ ਲਿਆ ਜਾਂਦਾ। ਜਿਵੇਂ ਮੰਗਲ ਦੇ ਉੱਤੇ ਸੰਗਲ ਜਿਹੜਾ ਜੀ ਪੈ ਰਿਹਾ, ਇਹ ਉਹ ਲੱਗਦਾ ਕਿ ਅਸਲ ਦੇ ਵਿੱਚ ਤੋਤਾ ਨੂੰ ਜਿਹੜਾ ਜੀ ਉਹ ਪਿੰਜਰੇ 'ਚ ਪਾਉਣ ਦੀ ਤਿਆਰੀ ਹੈ। ਜੀ 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 ਬਹੁਤ ਬਹੁਤ ਮਿਹਰਬਾਨੀ ਜੀ। ਅਤੇ ਅਗਲੀ ਜਿਹੜੀ ਖਬਰ ਹੈਗੀ ਆ ਕਿ ਪੰਜਾਬ ਦੇ ਡੀਲਰ ਅਤੇ ਖੇਤੀਬਾੜੀ ਅਫਸਰਾਂ ਦੇ ਥਾਂ ਥਾਂ ਛਾਪੇ ਪੈ ਰਹੇ ਨੇ। ਬਿਲਕੁਲ, ਇਹ ਵੀ ਇਹਦੇ ਨਾਲ ਹੀ ਰਿਲੇਟਡ ਜਿਹੜੀ ਹੈ ਜੀ, ਬਠਿੰਡੇ ਤੋਂ ਬਾਅਦ ਜਿਹੜਾ ਜੀ ਜਿਹੜੀਆਂ ਇਹ ਖਾਦ ਕੰਪਨੀਆਂ ਦੇ ਅਫਸਰ ਜਿਹੜੇ ਨੇ ਉਹ ਰੂਪੋਸ਼ ਹੋ ਗਏ ਨੇ। ਪੁਲਿਸ ਨੇ ਛਾਪੇ ਮਾਰ ਕੇ ਦੋ ਅਧਿਕਾਰੀ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਲੈਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਆ ਰਹੀਆਂ ਨੇ। ਜਿਹੜੇ ਖੇਤੀਬਾੜੀ ਅਫਸਰ ਨੇ ਜੀ ਉਹ ਸਾਰੇ ਦੇ ਸਾਰੇ ਆਪਣੇ ਦਫ਼ਤਰਾਂ ਤੋਂ ਗਾਇਬ ਨੇ। ਖੇਤੀਬਾੜੀ ਦਫ਼ਤਰ ਜਿਹੜੇ ਜੀ ਉਹ ਸੁੰਨੇ ਪਏ ਨੇ ਇਸ ਵੇਲੇ। ਉਹਨਾਂ ਦੇ ਦਫ਼ਤਰਾਂ ਦੇ ਵਿੱਚ ਲਗਾਤਾਰ ਵੱਜ ਰਹੀਆਂ ਫੋਨ ਦੀਆਂ ਘੰਟੀਆਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ ਜੀ। ਜਿਹੜੇ ਇਹਨਾਂ ਦੇ ਅਫਸਰ ਨੇ ਜੀ ਉਹਨਾਂ ਦੇ ਸੈੱਲ ਫੋਨ ਦੇ ਉੱਤੇ ਜਿਹਨਾਂ ਤੇ ਫੋਨ ਕਰ ਰਿਹਾ ਉਹ ਜਾਂ ਤਾਂ ਸਵਿੱਚ ਆਫ ਆ ਰਹੇ ਨੇ ਬਹੁਤੇ, ਜਾਂ ਫਿਰ ਅਨਨੋਨ ਨੰਬਰ ਜਿਹੜੇ ਨੇ ਉਹ ਪਿੱਕ ਨਹੀਂ ਕਰ ਰਹੇ। ਇਹ ਜਿਹੜੇ ਖੇਤੀਬਾੜੀ ਵਾਲੇ ਅਫਸਰ ਨੇ ਜੀ ਨੇੜੇ ਤੇੜੇ ਦਫ਼ਤਰਾਂ ਦੇ ਵਿੱਚ ਬਹਿ ਕੇ ਬਹੁਤ ਨੇੜਿਓਂ ਵਾਚ ਕਰ ਰਹੇ ਨੇ ਕਿ ਪੁਲਿਸ ਦੀ ਜਿਹੜੀ ਗੱਡੀ ਆਉਂਦੀ ਆ ਜਿਹਦੇ ਵਿੱਚ ਕੁਛ ਵਰਦੀ ਵਾਲੇ ਤੇ ਕੁਛ ਚਿੱਟ ਕੱਪੜੀਏ ਨੇ ਉਹ ਕਿਹਦੇ ਦਫ਼ਤਰ ਵੱਲ ਨੂੰ ਜਾਂਦੇ ਨੇ। ਉੱਥੋਂ ਜਿਹੜੀ ਆ ਜੀ ਇਹਨਾਂ ਦੇ ਵੱਲੋਂ ਨਿਗਾਹ ਉਹ ਰੱਖੀ ਜਾ ਰਹੀ ਆ ਨੇੜੇ ਤੋਂ। ਇਹ ਵੀ ਕਿਹਾ ਜਾ ਰਿਹਾ ਜੀ ਕਿ ਸਿਆਸੀ ਸ਼ਰਨ ਵੱਲ ਨੂੰ ਵੀ ਭੱਜੇ ਨੇ ਇਹ ਅਫਸਰ ਕੇ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਹੁਣ ਜਿਹੜਾ ਜੀ ਉਹ ਬਚਾਇਆ ਜਾਵੇ। ਕਿਸੇ ਟਾਈਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਮਕਸਦ ਦੇ ਵਾਸਤੇ ਬਣਾਈ ਗਈ ਸੀ ਉਹ ਜ਼ਿਮੀਦਾਰਾਂ ਦਾ ਭਲਾ ਕਰਨ ਦੇ ਵਾਸਤੇ ਬਣਾਈ ਗਈ ਸੀ। ਇਹਦੇ ਪੜ੍ਹੇ ਲਿਖੇ ਵਿਅਕਤੀ ਸਮੁੱਚੀ ਦੁਨੀਆਂ ਦੇ ਵਿੱਚ ਫੈਲੇ ਹੋਏ ਨੇ, ਅੱਜ ਵੀ ਉਹ ਪ੍ਰਾਊਡ ਕਰਦੇ ਨੇ ਇਸ ਦੇ ਉੱਤੇ ਮਾਣ ਮਹਿਸੂਸ ਕਰਦੇ ਨੇ। ਪਰ ਇਹਨਾਂ ਸਿਆਸਤਦਾਨਾਂ ਨੇ, ਮੌਜੂਦਾ ਸਰਕਾਰ ਨੇ ਤੇ ਅਫਸਰਾਂ ਨੇ ਘੱਟੇ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ। ਇਸ ਵੇਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਦੇ ਨਾਲ ਸੰਬੰਧਿਤ ਅਫਸਰ ਤੇ ਖੇਤੀਬਾੜੀ ਮੰਤਰਾਲਾ ਜਿਹੜਾ ਜੀ ਉਹ ਮੌਤ ਦਾ ਕਾਰਨ ਬਣ ਰਿਹਾ ਉਹਨਾਂ ਕਿਸਾਨਾਂ ਦਾ ਜਿਹੜੇ ਨਿਰੰਤਰ ਖੁਦਕੁਸ਼ੀਆਂ ਕਰ ਰਹੇ ਨੇ। ਇਹ ਉਹਨਾਂ ਦੇ ਗਲੇ ਦਾ ਫੰਦਾ ਜਿਹੜਾ ਜੀ ਉਹ ਬਣ ਗਿਆ। ਹੁਣ ਅਫਸਰ ਜਿਹੜੇ ਨੇ ਜੀ ਉਹ ਆਪਣੀ ਜਾਨ ਲੁਕਾਉਂਦੇ ਫਿਰਦੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਪੁਲਿਸ ਵਾਲੇ ਤੇ ਕੁਛ ਖੇਤੀਬਾੜੀ ਮੰਤਰਾਲੇ ਦੇ ਉੱਚ ਅਫਸਰ ਜਿਹੜੇ ਨੇ ਜੀ ਉਹਨਾਂ ਦੀਆਂ ਫੇਰ ਮੌਜਾਂ ਲੱਗੀਆਂ ਨੇ। ਉਹ ਇਹਨਾਂ ਅਫਸਰਾਂ ਨੂੰ ਬਚਾਉਣ ਦੇ ਵਾਸਤੇ, ਛਡਵਾਉਣ ਦੇ ਵਾਸਤੇ ਮੋਟੇ ਪੈਸੇ ਜਿਹੜੇ ਨੇ ਉਹ ਬਣਾਈ ਜਾਂਦੇ ਨੇ। ਭਾਵ ਕਿ ਇੱਕ ਪਾਸੇ ਤੋਂ ਕੰਮ ਹਟਿਆ, ਦੂਜੇ ਪਾਸੇ ਨੂੰ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਇੱਕ ਪੁਰਾਣਾ ਗੀਤ ਸੀਗਾ, ਤੂੰ ਇੱਕ ਅੱਧੇ ਨੂੰ ਰੋਏ ਉੱਤਿਆ ਫਿਰਦਾ ਆਲਾ ਨੀ। ਜਦੋਂ ਆਲਾ ਹੀ ਉੱਤਿਆ ਪਿਆ ਤੇ ਫਿਰ ਕਿਹਨੂੰ ਕਿਹਨੂੰ ਤੁਸੀਂ ਕਹੋਗੇ ਜੀ? ਜੀ ਜੀ ਬਨੋ ਜੀ, ਤੇ ਹਾਈ ਕੋਰਟ ਨੇ SGPC ਦੇ ਮੁੱਖ ਸਕੱਤਰ ਦੇ ਕੰਮਕਾਰ ਤੇ ਰੋਕ ਲਗਾਈ ਹੈ, ਇਸ ਬਾਰੇ ਕੀ ਅਪਡੇਟ ਹੈ ਜੀ? ਸਮੁੱਚੀ ਦੁਨੀਆਂ ਦੇ ਵਿੱਚ ਬੈਠੇ ਸਿੱਖ ਭਾਈਚਾਰਾ ਜਿਹੜਾ ਜੀ ਉਹਦੀ ਜਿਹੜਾ ਸੀਗਾ ਜੀ ਰੋਸ ਤੇ ਗੁੱਸੇ ਨੂੰ ਮੁੱਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਧੱਕੇ ਦੇ ਨਾਲ ਸੰਗਤ ਦੇ ਪੈਸੇ ਦੇ ਉੱਤੇ ਇੱਕ ਬੰਦਾ ਬਿਠਾ ਦਿੱਤਾ ਸੀਗਾ ਜੀ ਮੁੱਖ ਸਕੱਤਰ, ਔਰ ਇਸ ਮੁੱਖ ਸਕੱਤਰ ਨੂੰ 3 ਲੱਖ ਰੁਪਈਆ ਸਿੱਧਮ ਸਿੱਧੀ ਤਨਖਾਹ ਦਿੱਤੀ ਜਾਂਦੀ ਹੈ ਤੇ 2 ਲੱਖ ਰੁਪਈਆ ਹੋਰ ਉਹਦਾ ਮਹੀਨੇ ਦਾ ਖਰਚਾ ਪੈਂਦਾ। 5 ਲੱਖ ਰੁਪਈਏ ਦੇ ਵਿੱਚ ਸੰਗਤ ਦੇ ਪੈਸੇ ਦੇ ਉੱਤੇ ਹਰਚਰਨ ਸਿੰਘ ਜਿਹੜਾ ਜੀ ਉਹ ਪੈ ਰਿਹਾ ਜੀ ਨੂੰ ਮੁੱਖ ਸਕੱਤਰ ਲਾਇਆ ਗਿਆ। ਇਸੇ ਮਾਮਲੇ ਨੂੰ ਲੈ ਕੇ ਜੀ ਇੱਕ ਵਿਅਕਤੀ ਆ ਬਲਵਿੰਦਰ ਸਿੰਘ, ਉਹਨੇ ਇਸ ਇਹਦੀ ਨਿਯੁਕਤੀ ਦੇ ਉੱਤੇ ਰੋਕ ਲਾਉਣ ਦੇ ਵਾਸਤੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਇਹਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਚੀਫ ਸਕੱਤਰ ਦੇ ਕੰਮ ਕਰਨ ਦੇ ਉੱਤੇ ਰੋਕ ਲਾਤੀ ਹੈ। ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਤੇ ਹਰਚਰਨ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਤੇ ਪਾ ਦਿੱਤੀ ਆ। ਉਦੋਂ ਤੱਕ ਹਰਚਰਨ ਸਿੰਘ ਕੋਈ ਕੰਮ ਨਹੀਂ ਕਰ ਸਕੂਗਾ, ਮੁਫ਼ਤ ਉਹਨੂੰ ਘਰੇ ਬੈਠੇ ਨੂੰ ਤਨਖਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਦੇਈ ਜਾਊਗੀ। ਇਹਦੇ ਵਿੱਚ ਉਹਨੇ ਰੁਕਣਾ ਤਾਂ ਹੈ ਨਹੀਂ ਗਾ ਜੀ। ਇਸ ਨਿਯੁਕਤੀ ਦਾ ਵਿਰੋਧ ਕਰਨ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਸੁਚੇਤ ਕੀਤਾ, ਸਮਾਂ ਰਹਿੰਦੇ ਆ ਨਿਯੁਕਤੀ ਰੱਦ ਕਰ ਦਿਓ, ਨਹੀਂ ਤਾਂ ਅਦਾਲਤ ਸ਼੍ਰੋਮਣੀ ਕਮੇਟੀ ਤੇ ਰੋਕ ਲਾਉਣ ਦੇ ਵਾਸਤੇ ਇਹਦਾ ਕੋਈ ਪ੍ਰਸ਼ਾਸਕ ਜਿਹੜਾ ਜੀ ਉਹ ਬਿਠਾ ਸਕਦੀ ਹੈ। ਉਹਦਾ ਰੀਜ਼ਨ ਹੈ ਕਿ ਸਿੱਖ ਗੁਰਦੁਆਰਾ ਐਕਟ ਤਹਿਤ ਇਹ ਅਹੁਦਾ ਮੌਜੂਦ ਹੀ ਨਹੀਂ ਹੈ, ਖਾਸ ਤੌਰ ਦੇ ਉੱਤੇ 70 ਸਾਲ ਦੀ ਉਮਰ ਦੇ ਵਿੱਚ ਤਾਂ ਬਿਲਕੁਲ ਨਹੀਂ। ਕਮੇਟੀ ਦੇ ਨਿਯਮ ਤੇ ਨਿਯੁਕਤੀਆਂ ਜਿਹੜੀਆਂ ਜੀ ਉਹਨਾਂ ਸਾਰੇ ਨੂੰ ਛਿੱਕੇ ਟੰਗ ਕੇ ਗੁਰਦੁਆਰਾ ਐਕਟ ਦੇ ਤਹਿਤ ਕਿਸੇ ਅਹੁਦੇ ਦੇ ਉੱਤੇ 58 ਸਾਲ ਉਮਰ ਨਿਰਧਾਰਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ। 70 ਸਾਲਾਂ ਦੇ ਬੰਦੇ ਨੂੰ ਕਿਵੇਂ ਜਿਹੜਾ ਜੀ ਉਹ ਲਾਇਆ ਜਾ ਸਕਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਸਾਰਾ ਕੁਛ ਹੀ ਗੈਰ ਕਾਨੂੰਨੀ ਜਿਹੜਾ ਜੀ ਹੋ ਜਾਣਾ, ਇਸ ਗੱਲ ਦਾ ਡਰ ਪਹਿਲਾਂ ਹੀ ਸੀਗਾ। ਪਰ ਜਦੋਂ ਜਿਸ ਬੰਦੇ ਦੇ ਕੋਲੇ ਪਾਵਰ ਹੁੰਦੀ ਹੈ ਉਹ ਕਿਸੇ ਚੀਜ਼ ਨੂੰ ਕੁਛ ਸਮਝਦਾ ਹੀ ਨਹੀਂ,
वह समझता कि जो मैं कर रहा वह सारा कुछ ठीक है। ये तहत ही अकाली दल ने श्रोमणी गुरुद्वारा प्रबंधक कमेटी के राही जरा जी इस हरचरण सिंह की नियुक्ति कराई सी ते पंजाब हरियाणा हाई कोर्ट ने हुण इहदे कम करन दे उत्ते जिहड़ी है जी वह रोक ला दित्ती है, भाव के वह कलम नहीं चला सकूगा किसी भी किस्म की। और यह नियुक्ति रद्द हो जाण दे पूरे पूरे आसार जड़े ने वह बन जाने ने। जदों संविधान तो उल्ट जरा जी श्रोमणी गुरुद्वारा प्रबंधक कमेटी ने काम कर लिया, एक गलत नियुक्ति जी है जी वह कर दी, आधार के उत्ते श्रोमणी गुरुद्वारा प्रबंधक कमेटी के काम करन दे उत्ते भी जी है जी वह पाबंदी लग सकती है। पंजाब हरियाणा हाई कोर्ट के कोल इस गल की पावर है कि वह अपनी देख रेख के तहत एक व्यक्ति जरा जी ये उत्ते नियुक्त कर दे आखे कि हाल की घड़ी तुम नवी इलैक्शन तक फ्रैश इलैक्शन तक यह काम कार रोक दौ, ये जोड़ा व्यक्ति है जी ये सब कासे देखूगा। 5 नवंबर के उत्ते निगाह जी वह सारिया हूँ लगिया रहनगिया जी। पन्नू जी तो तांदरी कांड दे विच जिहड़ा पीड़ित परिवार हैगा आ जिसका एक परिवारक मैंबर मारिया गया सीगा जी, वह पिंड छड्डूगा? उन्हें यह गल उहदे मुंडे ने जिहड़ी है जी आखी है, एक जिहड़ा परिवार है इस वेले पीड़ित आ जी बेहद इस वेले शौक दे विच है, वह जिहड़ा एक व्यक्ति मुहम्मद अखलाक जी दी भारतीय जनता पार्टी दे जेडे मैंबर ने उन्होंने इस करके मार मार के उहदी जान लै ली क्योंकि उन्होंने आप ही यह अफवाह पहला फैला दिती सीगी कि वह गां का मीट जिहड़ा खांदा ते इस वेले भी उहदे घरे गां का मीट जिहड़ा जी वह रिझ रिहा, ते फिर यह 200 दे करीब जिहड़े वर्कर सीगे उहदे घर जा पए ते मुहम्मद अखलाक दी कुट कुट के उहदी जान लै ली, उहदे मुंडे नूं अधमोया करके सुट दिता जिहड़ा इस वेले जिंदगी मौत की लड़ाई लड़ रहा। उहदा दूजा मुंडा जिहड़ा जी हवाई सेना दे विच है, भारतीय हवाई सेना दे विच है, उहने यह गल आखी कि उहदा परिवार हुण इस जगह दे उत्ते दादरी दे विच किवें रह सकदा। उहने सवाल खड़े कीते ने कि जिहड़े परिवार जिहड़े ठाकर परिवार जिन्हां दे नाल साडियां सदीवी सांझां रहियां ने असीं उहनां दे उत्ते हुण किवें विश्वास कर लईए। उहने इह वी सवाल खड़ा कीता कि भारतीय जनता पार्टी दे जिहड़े फड़े गए लोक ने 11 जने फड़े ने, 8 जिहड़े उह भाजपा दे बंदे ने भाजपा दे लीडरां दे मुंडे ने, उहदा इह कहना कि इहनां दे परिवार जिहड़े ने मेरे परिवार नूं उत्थे किवें रहिण देणगे, नोएडा दे विच इहनां दे रहिण दा इंतजाम जिहड़ा जी उह कीता जा रिहा है तां कि इहनां नूं उत्थे जिहड़े भारतीय जनता पार्टी वाले ने उहनां दे गुस्से तों बचाया जा सके। हुण भारतीय जनता पार्टी वाले शायद मुल्क 'च तय करिया करनगे कि किहने की खाणा, किने गां दा मास खाना, किने दूजा मास खाना, हो सकता इत्थे इहो जिहा भी सारा कुछ कर दित्ता जावे कि जिहड़े झटका खाण वाले ने उह हलाल किवें खा सकते ने ते हलाल खाण वाले झटका किवें खा सकते ने। किसे टाइम भी किसी भी मंदिर दे विचों अनाउंसमेंट हो सकती है कि फलाने बंदे उहनां नूं अलाओ तां झटका खाणा, उह हलाल किवें खा रहे ने जाके हमला कर दिओ। कानून भी इह आप ही हो गए, पुलिस भी इह आप ही हो गए, अदालतां भी इह आप ही हो गए, आप ही तुरंत जिहड़ा जी 18-18 सालां दे मुंडे जिहड़े भारतीय जनता पार्टी दे करनगे ते जिहनूं चाहुणगे उह कुट कुट के इसे तरीके दे नाल जिहड़ा जी मार देणगे। मुल्क दे मूंह दे उत्ते कालख दे जिहड़े कुछ धब्बे ने जिन्हां दे विच 1984 दा सिख कतलेआम, जिहदे विच 2002 दे गुजरात दे दंगे ते जिहदे विच उत्तर प्रदेश दे विच कुछ महीने पहलां होईआं घटनावां ते इह दादरी कांड वी उहनां इक प्रमुख काले धब्बिआं दे विचों जिहड़ा जी उह मन्निआ जाऊगा। उहदे मुंडे ने कल एक टैलीविजन चैनल दे उत्ते गल करदिआं इक गल आखी सी कि मजहब नहीं सिखाता आपस में बैर रखना, पर सवाल यह है उस मुंडे ने तो गल जी सुना दिती पर जे मजहब होवे ते वह बैर नहीं सिखाता, यह तो कोई मजहब नहीं है कि तुसी किसे नू इस करके कुट कुट के मार दिओ क्योंकि वह तुहाडे धर्म के अनुसार उल्ट कहे जाण वाली एक मीट का जिहड़ा जी वह सेवन कर रहा है। सवाल यह खड़ा हुंदा कि फिर धर्म तकड़ा होया जां किलो मीट तकड़ा होया, तो उत्थे मीट तो कोई इदां दा है भी नहीं सीगा। जे मन लो हुंदा भी तां भी किसी नूं किसी की जान लैण दा तां हक किसी ने भी नहीं दिता। यह गुंडागर्दी जिहड़ी है जी वह शरेआम 1.25 साल के दौरान ही जिहड़ी वह दिसण लगी है। जिहड़े हिडन एजेंडे की गल बार जिहड़ी वह पंजाबी रेडियो USA उत्ते मैं कई बार जिहड़ी की है वह खुल के लोगों के सामने जिहड़ा जी होण लगा कि असल दे विच इहनां दा हिडन एजेंडा है की। जी जी पन्नू जी, तो जे खाण पीन की ही गल अगे तोरीए तो पंजाब दे विच बासमती चौलां दी जिहड़ी खरीद नहीं हो रही जी, जिहड़ा हल छड्ड के चरी नूं जावे जट्टा तेरी जून बुरी उही हालात ने जी। किसान एक पास्यों निकले तो दूजे पास्से फसिया, जे दूजे पास्यों निकले आवे तो तीजा राह उहनूं फसाउण दे वास्ते खड़ा,
इस वे पंजाब सरकार ने बासमती 1509 की किस्म की जी खरीद है वह बेशक सरकारी तौर के उत्ते तो शुरू करवाती है पर ये असल दे विच इहदी खरीद कोई नहीं हो रही मंडिया दे विच जिहड़े ढेर ने वह इस बासमती दे लगन लगे ने मंडिया तो बाहर निकल के सड़कों के उत्ते हुण जिहड़े वह ढेर यह आ गए ने जी बासमती खरीदने की मंजूरी दे पत्र दे विच केंद्र सरकार ने इस चौल का केवल शैला राइस चैनलों लई मंजूर किया सधारण चैनल वाले इस किस्म नूं लैण लई तैयार ना होण करके इहदी मिलिंग की समस्या जिहड़ी है जी वह बरकरार है फिलहाल पंजाब सरकार जिहड़ी है जी उहने हुक्म जारी जरूर करता है कि इहनूं खरीदिया जाए पर खरीदणगे कौन जी इहदा कुछ नहीं पता पंजाब दीआं पंजे खरीद एजेंसियां दे प्रबंधक निर्देशक जिहड़े ने उह अमृतसर दे विच डेरा लाई बैठे ने तकनीकी कारणां करके 1509 किस्म दी खरीद जिहड़ी आ जी उह नहीं हो रही क्योंकि शैला राइस मिल्स वाले खरीदी बासमती 1509 नूं अपने शैलरां दे विच लवाउण लई तैयार नहीं हैगे सरकार जिहड़ी आ जी उह हत्थ पैर मार रही है हुण सवाल इह है जे तां मतेई मां हुंदी उत्ते बैठी फिर तां उह रोटी भी दे दिंदी परोस भी लैंदी हुण सकी मां उत्ते बैठी है वह कहती है दफा हो जाए घरों बाहर जिहड़ा जी वह निकल ना तो रोटी देने वास्ते तैयार है ना वह गल जिहड़ी है जी वह सुनने वास्ते तैयार है इसे ही सकी मां दे वास्ते जिहड़ा सीगा प्रचार यह किया गया सीगा कि आ लैंदे हो साडी सकी मां उस तों बाद सारिया समस्यावां हल हो जाणियां ने थारा थारा टायरों वाले जिहड़े ट्राले ने वह भर भर के टोटां दे आउणे ने पर यह नहीं पता लग्या जी कि वह सकी मां जिहड़ी है जी एड्डी छेती विटर क्यों गई जी 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 बिल्कुल सही गल है जी ते हरियाणा सरकार कहिंदे आ कि हुण फस गई हैगी बिजली दे रेट वधा के ਇਹ ਇੱਕ ਹਰਿਆਣਾ ਆ ਪੰਜਾਬ ਨਹੀਂ ਪੰਜਾਬ ਦੇ ਵਿੱਚ ਤਾਂ ਹਰ ਮਹੀਨੇ ਹੀ ਰੇਟ ਵੱਧਦੇ ਨੇ ਇੱਥੇ ਕੋਈ ਨਹੀਂ ਬੋਲਦਾ ਨਾ ਕੋਈ ਵਿਰੋਧੀ ਧਿਰ ਬੋਲਦੀ ਹੈ ਤੇ ਨਾ ਲੋਕ ਜਿਹੜੇ ਨੇ ਉਹ ਬੋਲਦੇ ਨੇ ਹੁਣ ਹਰਿਆਣੇ ਦੇ ਵਿੱਚ ਕਿਸਾਨੀ ਮੁੱਦਿਆਂ ਦੇ ਉੱਤੇ ਬਿਜਲੀ ਦਰਾਂ ਨੂੰ ਲੈ ਕੇ ਸੂਬੇ ਦੇ ਵਿੱਚ ਜਿਹੜੇ ਖਪਤਕਾਰ ਨੇ ਉਹਨਾਂ ਦੇ ਵਿੱਚ ਡਾਢਾ ਇਸ ਵੇਲੇ ਰੋਸ ਹੈ ਇਸ ਮੁੱਦੇ ਦੇ ਉੱਤੇ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਾਲੇ ਜਿਹੜੀ ਸਿੱਤਮ ਸਿੱਧੀ ਲੜਾਈ ਸ਼ੁਰੂ ਹੋ ਗਈ ਹੈ ਹਾਕਮ ਧਿਰ ਵਾਧੇ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਈ ਜਾਂਦੀ ਹੈ ਵਿਰੋਧੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ਼ ਮੁਹਿੰਮ ਤੇਜ਼ ਜਿਹੜੀ ਹੈ ਜੀ ਉਹ ਕਰਤੀ ਹੈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 7 ਅਕਤੂਬਰ ਨੂੰ ਪੰਚਕੂਲਾ ਦੇ ਵਿੱਚ ਧਰਨਾ ਦੇ ਰਹੇ ਨੇ ਹਰਿਆਣੇ ਦੇ ਦੀ ਇਸੇ ਦਿਨ ਮੀਟਿੰਗ ਜਿਹੜੀ ਹੋ ਰਹੀ ਹੈ ਜਿਹਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਵਾਧੇ ਬਾਰੇ ਕੋਈ ਫੈਸਲਾ ਲਏ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ ਇਨੈਲੋ ਜਿਹੜਾ ਜੀ ਉਹਨੇ ਰਾਜ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਦੇ ਕੇ ਵਾਧਾ ਵਾਪਸ ਲੈਣ ਦੀ ਮੰਗ ਕਰਨ ਦੇ ਵਿਰੁੱਧ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਜਿਹੜੀ ਹੈ ਜੀ ਉਹ ਦਿੱਤੀ ਹੈ ਖੱਟਰ ਸਰਕਾਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਵਾਈਟ ਪੇਪਰ ਦੇ ਜਿਹੜਾ ਜੀ ਸਰਕਾਰ ਨੇ ਵਾਈਟ ਪੇਪਰ ਦੇ ਵਿੱਚ ਉੱਤਰੀ ਹਰਿਆਣਾ ਤੇ ਬਾਕੀ ਜਿਹੜੇ ਦੱਖਣੀ ਤੇ ਬਿਜਲੀ ਵਿਤਰਨ ਨਿਗਮ ਹੈ ਜੀ ਉਹਨੂੰ ਪੈ ਰਹੇ ਘਾਟੇ ਕਰਜ਼ੇ ਦੇ ਵਿਆਜ ਦੀ ਸਥਿਤੀ ਜਿਹੜੀ ਹੈ ਜੀ ਉਹ ਸਪਸ਼ਟ ਕੀਤੀ ਹੈ ਇਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਲਗਾਤਾਰ ਘਾਟੇ ਦੇ ਵਿੱਚ ਜਿਹੜਾ ਜਾ ਰਿਹਾ ਇਹ ਬੋਰਡ ਹੈ ਜੀ ਉਹਨੂੰ ਬਚਾਉਣ ਦੇ ਵਾਸਤੇ ਕੁਛ ਨਾ ਕੁਛ ਕਿਸੇ ਪਾਸੇ ਤੋਂ ਸਟੈਪ ਜਿਹੜਾ ਉਹ ਲੈਣਾ ਪੈਣਾ ਸੀਗਾ ਭਾਜਪਾ ਸਰਕਾਰ ਨੇ ਬਿਜਲੀ ਦਰਾਂ ਦੇ ਵਿੱਚ ਵਾਧਾ ਲਾਗੂ ਕਰਤਾ ਔਰ ਪਿਛਲੇ 3 ਮਹੀਨਿਆਂ ਦੇ ਵਿੱਚ ਸਰਕਾਰ ਸਰਚਾਰਜ ਜਿਹੜਾ ਜੀ ਉਹ ਇਕੱਠਾ ਵਸੂਲਣਾ ਸ਼ੁਰੂ ਕਰਤਾ ਜਿਹਨੂੰ ਲੈ ਕੇ ਇੱਡਾ ਰੋਸ ਜਿਹੜਾ ਜੀ ਉੱਠਿਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿੰਦੀ ਆ ਇਹ ਫੈਸਲਾ ਤਾਂ ਪਿਛਲੀ ਕਾਂਗਰਸ ਦੀ ਸਰਕਾਰ ਨੇ ਕਰ ਲਿਆ ਸੀਗਾ ਅਸੀਂ ਤਾਂ ਸਿਰਫ ਜਿਹੜਾ ਜੀ ਉਹ ਲਾਗੂ ਹੀ ਕੀਤਾ ਜੀ ਪੰਨੂ ਜੀ ਅਤੇ ਦਮਦਮੀ ਟਕਸਾਲ ਦਾ ਦਮਦਮਾ ਸਾਹਿਬ ਦੇ ਜਥੇਦਾਰ ਨੇ ਵਿਸ਼ੇਸ਼ ਇੱਕ ਭੂਮਿਕਾ ਨਿਭਾਉਣ ਤੋਂ ਮੁਕਰੇ ਜੀ ਗਿਆਨੀ ਗੁਰਮੁਖ ਸਿੰਘ ਜਿਹੜੇ ਦਮਦਮਾ ਟਕਸਾਲ ਦੇ ਮਾਫ਼ ਕਰਨਾ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਜੀ ਉੱਥੋਂ ਦੇ ਜਥੇਦਾਰ ਨੇ ਉਹਨਾਂ ਨੇ ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਜਿਹੜਾ ਜੀ ਸਾਰੇ ਦਾ ਸਾਰਾ ਆ ਰਿਹਾ ਕਿ ਉਹਨਾਂ ਨੇ ਵਿਸ਼ੇਸ਼ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਈ ਹੈ ਇਸ ਸਭ ਕਾਸੇ ਦੇ ਵਾਸਤੇ ਜਿਹੜਾ ਸੌਦੇ ਵਾਲੇ ਨੂੰ ਜਿਹੜਾ ਮਾਫ਼ੀਨਾਮਾ ਦਿੱਤਾ ਗਿਆ ਹੁਣ ਉਹਦਾ ਪਰਿਵਾਰ ਜਿਹੜਾ ਜੀ ਵਿਟਰ ਗਿਆ ਉਹਦਾ ਉਹਦਾ ਜਿੰਨੇ ਪਰਿਵਾਰ ਦੇ ਮੈਂਬਰ ਨੇ ਉਹਦੇ ਪੇਰੈਂਟਸ ਉਹਦੀ ਭੈਣ ਭਣੋਈਆ ਸਾਰੇ ਜਿਹੜੇ ਜੀ ਉਹ ਉਹਦੇ ਤੋਂ ਤਾਲਾ ਵੱਟ ਗਏ ਨੇ ਕਿ ਸਾਡੇ ਨਾਲ ਮਿਲਣ ਵਰਤਣ ਦੀ ਜ਼ਰੂਰਤ ਨਹੀਂ ਹੈ ਤੂੰ ਕੀਤੀ ਹੈ ਗਦਾਰੀ ਹੁਣ ਉਹਦਾ ਆਪਣਾ ਪਰਿਵਾਰ ਛੋਟਾ ਜਿਹਾ ਜਿਹੜਾ ਜਦੋਂ ਮੂੰਹ ਫੇਰ ਗਿਆ ਤੇ ਫਿਰ ਹੁਣ ਉਹਨੂੰ ਜਿਹੜਾ ਜੀ ਕਹਿੰਦਾ ਮੇਰਾ ਤਾਂ ਕੋਈ ਦੋਸ਼ ਹੀ ਨਹੀਂ ਇੱਕ ਵੱਡਾ ਪਰਿਵਾਰ ਜਿਹੜਾ ਸਿੱਖ ਪਰਿਵਾਰ ਹੈ ਸਿੱਖ ਪੰਥ ਦਾ ਜਿਹੜਾ ਪਰਿਵਾਰ ਹੈ ਉਹਦੀ ਪਿੱਠ ਦੇ ਵਿੱਚ ਜਿਹੜਾ ਜੀ ਛੁਰਾ ਮਾਰਨ ਵਾਲੇ ਇਹ ਲੋਕ ਨੇ ਹੁਣ ਉਹਨਾਂ ਨੂੰ ਜਿਹੜਾ ਜੀ ਚੇਤਾ ਆਇਆ ਉਹ ਕਹਿੰਦਾ ਜੀ ਮੈਂ ਅਗਲੇ ਕੁਛ ਦਿਨਾਂ ਤੋਂ ਬਾਅਦ ਇਹਦਾ ਜਿਹੜਾ ਜੀ ਖੁਲਾਸੇ ਕੁਛ ਗੰਭੀਰ ਕਰੂੰਗਾ ਹੁਣ ਇਹੋ ਜਿਹੇ ਖੁਲਾਸੇ ਲੋਕ ਜਿਹੜੇ ਨੇ ਉਹ ਜਥੇਦਾਰ ਵਿਦਾਂਤੀ ਤੋਂ ਕਈ ਸਾਲਾਂ ਦੇ ਸੁਣੀ ਜਾਂਦੇ ਨੇ ਇਹੋ ਜਿਹੇ ਖੁਲਾਸੇ ਜਥੇਦਾਰ ਆਨੰਦਗੜ੍ਹ ਵੀ ਕਰੀ ਜਾਂਦੇ ਨੇ ਇਹੋ ਜਿਹੇ ਖੁਲਾਸੇ ਪਹਿਲਾਂ ਵੀ ਜਿਹੜੇ ਗੱਦੀਓ ਪਾਸੇ ਕੀਤੇ ਗਏ ਲੋਕ ਨੇ ਉਹ ਵੀ ਕਰੀ ਜਾਂਦੇ ਨੇ ਅੱਜ ਤੱਕ ਕਿਸੇ ਦਾ ਖੁਲਾਸਾ ਤਾਂ ਸਾਹਮਣੇ ਆਇਆ ਨਹੀਂ
ਹੁਣ ਇਹ ਜਿਹੜੇ ਗਿਆਨੀ ਗੁਰਮੁਖ ਸਿੰਘ ਹੋਰੀ ਨੇ ਇਹ ਕੀ ਖੁਲਾਸੇ ਕਰਨਗੇ ਇਹਦਾ ਜਿਹੜਾ ਜੀ ਕੁਛ ਨੀ ਪਤਾ। ਇਸ ਵੇਲੇ ਸਿਕਿਉਰਿਟੀ ਗਾਰਡਾਂ ਦੇ ਵਿੱਚ ਘਿਰੇ ਹੋਏ ਗੁਰਮੁਖ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਬਸ ਕੁਛ ਦਿਨ ਦਿਓ, ਮੈਂ ਦੱਸੂਗਾ ਜੀ ਕਿ ਅਸਲ ਦੇ ਵਿੱਚ ਇਹਦੀ ਕਹਾਣੀ ਕੀ ਹੋਈ ਸੀਗੀ ਤੇ ਕਿਉਂ ਮੁਆਫ਼ੀਨਾਮਾ ਜਿਹੜਾ ਜੀ ਉਹ ਦਿੱਤਾ ਗਿਆ। ਲੱਗਦਾ ਨਹੀਂ ਕਿ ਗਿਆਨੀ ਗੁਰਮੁਖ ਸਿੰਘ ਬਹੁਤੀ ਦੇਰ ਆਪਣੀ ਅਹੁਦੇ ਦੇ ਉੱਤੇ ਰਹਿ ਸਕਣਗੇ ਜਿਹੋ ਜਿਹੇ ਬਿਆਨ ਉਹਨਾਂ ਨੇ ਦੇ ਦਿੱਤੇ ਨੇ। ਹਾਂ ਉੱਧਰ ਅਵਤਾਰ ਸਿੰਘ ਮੱਕੜ ਹੋਰੀ ਫੇਰ ਬੋਲੇ ਨੇ, ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਜਿਹੜੇ ਸਰਬੱਤ ਖਾਲਸਾ ਸੱਦਣ ਦੀ ਗੱਲ ਕਰਦੇ ਨੇ ਇਹ ਸਾਰੇ ਦੇ ਸਾਰੇ ਕਾਂਗਰਸ ਦੇ ਏਜੰਟ ਨੇ ਜੀ। ਜੀ ਪੰਨੂ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਬੁਲੇਟਿਨ ਦੇ ਵਾਸਤੇ, ਤੇ ਆਪਾਂ ਕਾਲਾਂ ਤੋਂ ਪਹਿਲਾਂ ਸੁਣ ਲਈਏ ਜੀ ਅਜਨਾਮਾ ਕਿ ਚਾਵਾਂ ਨਾਲ ਸੀ ਪਾਰਟੀ ਬਣੀ ਜਿਹੜੀ ਉਸੇ ਲੀਡਰਾਂ ਦਿੱਤੀ ਉਹ ਪਾਵੇਲੀ, ਚਾਵਾਂ ਨਾਲ ਸੀ ਪਾਰਟੀ ਬਣੀ ਜਿਹੜੀ ਉਸੇ ਲੀਡਰਾਂ ਦਿੱਤੀ ਉਹ ਪਾੜ ਬੇਲੀ, ਨਿੱਜੀ ਗੱਲਾਂ ਤੋਂ ਜਾਪਦਾ ਪਿਆ ਰੱਫੜ, ਸਭ ਨੇ ਲਈ ਸਿਧਾਂਤ ਦੀ ਆੜ ਬੇਲੀ, ਭਾਸ਼ਣ ਦੇਣ ਨੂੰ ਜਦੋਂ ਕੋਈ ਖੜਾ ਹੋਵੇ ਕੱਢੀ ਜਾਂਦਾ ਹੀ ਢਿੱਡ ਦਾ ਸਾੜ ਬੇਲੀ, ਕਹਿੰਦੇ ਲੋਕ ਨੇ ਪਾਰਟੀ ਪਾੜਨੇ ਲਈ ਬੰਦੇ ਦੁਸ਼ਮਣਾਂ ਦਿੱਤੇ ਹਨ ਵਾੜ ਬੇਲੀ, ਠੱਗਾਂ ਚੋਰਾਂ ਦਾ ਖਾਂਦੇ ਹਨ ਲੂਣ ਜਿਹੜੇ, ਕਹਿੰਦੇ ਹੋਰਨਾਂ ਨੂੰ ਉਹ ਵੀ ਚੋਰ ਬੇਲੀ, ਠੱਗਾਂ ਚੋਰਾਂ ਦਾ ਖਾਂਦੇ ਹਨ ਲੂਣ ਜਿਹੜੇ, ਕਹਿੰਦੇ ਹੋਰਨਾਂ ਨੂੰ ਉਹ ਵੀ ਚੋਰ ਬੇਲੀ, ਸੁਣੇ ਗਾਣੇ ਦਾ ਕਦੀ ਨਾ ਸੱਚ ਆਉਂਦਾ, ਇੱਥੇ ਚੋਰ ਮਚਾਉਂਦਾ ਹੁਣ ਸ਼ੋਰ ਬੇਲੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਬਲਤੇਜ ਬਨੂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।